ਪੰਜਾਬ ਦੀਆਂ 13 ਦੇ 13 ਸੀਟਾਂ ਜਿੱਤਣ ਦਾ ਜਿਹੜਾ ਸੀਗਾ, ਜੋ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ 13-0 ਪੰਜਾਬ ਦੇ ਵਿੱਚ ਅਸੀਂ ਕਰਕੇ ਜਿਹੜੀਆਂ ਸਾਡੀਆਂ 13 ਦੇ 13 ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਜਿੱਤਿਆ ਕੇ, ਜੋ ਕੇਂਦਰ ਪੰਜਾਬ ਦੇ ਨਾਲ ਵਿਤਕਰਾ, ਜੋ ਆਮ ਆਦਮੀ ਪਾਰਟੀ ਨਾਲ ਵਿਤਕਰਾ, ਜੋ ਆਮ ਆਦਮੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਇਲੈਕਸ਼ਨ ਦੇ ਵਿੱਚੋਂ ਬਾਹਰ ਰੱਖ ਕੇ ਜੋ BJP ਇਲੈਕਸ਼ਨ ਲੜਨਾ ਚਾਹੁੰਦੀ ਆ, ਉਹਦੇ ਸੰਬੰਧ 'ਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਔਰ ਸਾਰੀ ਅਗਲੀ ਸਟ੍ਰੈਟਜੀ ਆ ਜਿਹੜੀ ਉਹ ਲਿਖੀ ਗਈ ਆ ਕਿ ਇਲੈਕਸ਼ਨ ਜਿਹੜੀ ਲੜਨੀ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਉਹ ਪਿੰਡ ਪੱਧਰ ਤੱਕ ਪਹੁੰਚਿਆ ਹੋਇਆ, ਸੋ ਪਿੰਡ ਪਿੰਡ ਕਿਵੇਂ ਜਾਣਾ, ਜ਼ਿਲ੍ਹੇ 'ਚ ਕਿਵੇਂ ਕਰਨਾ, ਬੂਥ ਲੈਵਲ 'ਤੇ ਕਿਵੇਂ ਪਹੁੰਚਣਾ, ਉਹ ਸਾਰੀ ਸਟ੍ਰੈਟਜੀ ਆ ਜਿਹੜੀ ਅੱਜ ਸਾਰਿਆਂ ਨੇ ਰਲ ਕੇ ਜਿਹੜੀ ਉੱਥੇ ਡਿਸਕਸ਼ਨ ਕੀਤੀ ਆ ਔਰ ਸਾਰੇ MLA ਸਾਹਿਬਾਨ, ਜਿਹੜੇ ਹਲਕਿਆਂ ਦੇ ਇੰਚਾਰਜ ਨੇ, ਚੇਅਰਮੈਨ ਸਾਹਿਬ, ਜਿੰਨੇ ਵੀ ਮੰਤਰੀ ਸਾਹਿਬਾਨ ਪਹੁੰਚੇ ਸੀਗੇ, ਸਭ ਨੇ ਇੱਕੋ ਸੁਰ ਦੇ ਵਿੱਚ ਕਿਹਾ ਕਿ ਅਸੀਂ ਪੰਜਾਬ ਦੀਆਂ 13 ਦੇ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ 'ਚ ਪਾਵਾਂਗੇ, ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ 'ਚ ਪਾਵਾਂਗੇ। ਦੇਖੋ ਨਿਚੁਰਲੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਕਹਿੰਦੇ ਨੇ ਕਿ ਜਿਹੜੇ ਮਹਿਲਾਂ 'ਚ ਪਲੇ ਹੋਏ ਨੇ, ਜਿਨ੍ਹਾਂ ਨੇ AC ਦੇ ਵਿੱਚੋਂ ਬਾਹਰ ਪੈਰ ਨਹੀਂ ਪੁੱਟਿਆ, ਉਹ ਕਦੇ ਵੀ ਧੁੱਪ ਦੇ ਵਿੱਚ ਨਿਕਲ ਨਹੀਂ ਸਕਦੇ ਔਰ ਹਮੇਸ਼ਾ ਇਹੀ ਪੁੱਛਦੇ ਨੇ ਕਿ ਹੁਣ ਟੈਂਪਰੇਚਰ ਅੱਜ ਕਿੰਨਾ, ਜੇ 32 ਕਾ ਤਾਂ ਬਾਹਰ ਨਿਕਲਾਂਗੇ, ਜੇ 32 ਤੋਂ ਜ਼ਿਆਦਾ ਆ, 38 ਆ, 40 ਆ, ਫਿਰ ਬਾਹਰ ਨਹੀਂ ਨਿਕਲਾਂਗੇ।